ਕਾਦੀਆਂ ਵਿਖੇ ਇੱਕ ਬੈਟਰੀ ਦੀ ਦੁਕਾਨ ਨੂੰ ਭਿਆਨਕ ਅੱਗ ਲੱਗੀ। ਅੱਗ ਲੱਗਣ ਦੀ ਸੂਚਨਾ ਦੁਕਾਨ ਮਾਲਕ ਨੂੰ ਉਸ ਦੇ ਗਵਾਂਢੀ ਨੇ ਦਿੱਤੀ। ਬਾਅਦ ਵਿੱਚ ਬਟਾਲਾ ਤੋਂ ਫਾਇਰ ਬ੍ਰਿਗੇਡ ਮੰਗਾਈ ਗਈ ਅਤੇ ਪੁਲਿਸ ਵਿਭਾਗ ਨੇ ਰਲ ਕੇ ਅੱਗ 'ਤੇ ਕਾਬੂ ਪਾਇਆ। ਅੱਗ ਇੰਨੀ ਭਿਆਨਕ ਸੀ ਕਿ 2 ਗੱਡੀਆਂ ਫਾਇਰ ਬ੍ਰਿਗੇਡ ਦੀਆਂ ਬਟਾਲਾ ਤੋਂ ਮੰਗਾਉਣੀਆਂ ਪਈਆਂ। ਕਾਦੀਆਂ ਵਾਸੀਆਂ ਦੀ ਇਹ ਮੰਗ ਹੈ ਕਿ ਕਾਦੀਆਂ ਵਿੱਚ ਵੀ ਫਾਇਰ ਬ੍ਰਿਗੇਡ ਹੋਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ। ਕਾਦੀਆਂ ਤੋਂ ਸਲਾਮਤਾਰੀ ਅਤੇ ਮਕਬੂਲ ਅਹਿਮਦ ਦੀ ਖਾਸ ਰਿਪੋਰਟ। ਅੱਗ ਦੀ ਕਾਲ ਮਿਲੀ ਇਹਦੀ ਸਤਪਾਲ ਭਾਟੀਆ ਜੀ ਨੇ ਤੋਂ ਫੋਨ 'ਤੇ ਸਲਾਹ ਦਿੱਤੀ ਹੈ ਸਾਨੂੰ। ਉਸ ਲਈ ਤੁਰੰਤ ਗੱਡੀ ਉੱਥੇ ਲਈ ਟਰਨ ਆਊਟ ਕੱਢੀ ਇੱਕ ਜੀ। ਇੱਥੇ ਪਹੁੰਚੇ ਅਤੇ ਸਾਡੀ ਗੱਡੀ ਦੇ ਅਧਿਕਾਰੀ ਨੇ ਸਾਨੂੰ ਦੱਸਿਆ ਵੀ ਇੱਥੇ ਅੱਗ ਜ਼ਿਆਦਾ ਵਾ, ਉਹਦੇ ਕਰਕੇ ਦੂਜੀ ਗੱਡੀ ਵੀ ਇਹਦੇ ਮਗਰ ਹੀ ਸਾਨੂੰ ਟਰਨ ਆਊਟ ਕੱਢਣੀ ਪਈ ਉਹਦੀ। ਅਤੇ ਅੱਗ ਕਾਫੀ ਜ਼ਿਆਦਾ ਸੀ ਜਿਹਦੇ ਕਰਕੇ ਕਾਫੀ ਮੁਸ਼ਕਤ ਨਾਲ ਮੁੰਡਿਆਂ ਨੇ ਕੰਮ ਕਰਕੇ, ਉੱਪਰਲੀ ਮੰਜ਼ਿਲ 'ਚ ਵੀ ਸੀਗੀ, ਥੱਲੜੀ 'ਚ ਵੀ ਸੀਗੀ, ਨੁਕਸਾਨ ਬੈਟਰੀਆਂ ਦੁਕਾਨ ਸੀਗੀ ਔਰ ਬਲਾਸਟ ਵੀ ਹੋ ਰਹੇ ਸੀਗੇ। ਅਤੇ ਬਹੁਤ ਜਦੋਂ ਜ਼ਿਆਦਾ ਨਾਲ ਅਸੀਂ ਅੱਗ 'ਤੇ ਕਾਬੂ ਪਾਇਆ। ਇਸ ਵੇਲੇ ਅੱਗ ਕੰਟਰੋਲ 'ਚ ਸਾਡੇ। ਧੰਨਵਾਦ ਜੀ। ਤੁਹਾਨੂੰ ਪਤਾ ਲੱਗਾ ਸਤਵੇਂ ਲੱਗਾ ਪਤਾ ਅਤੇ ਸਤਵੇਂ ਆਪਾਂ ਆਏ ਹਾਂ, ਅੱਗ ਬੜੀ ਭੱਖੀ ਵੀ ਸੀ ਅਤੇ ਫਾਇਰ ਬ੍ਰਿਗੇਡ ਜਿਹੜੀ ਹੈ ਕਿ 8 ਵਜੇ ਨਾਲ ਆਈ ਹੈ। ਆਪਾਂ ਇਹ ਮੰਗ ਕਰਦੇ ਹਾਂ ਪੰਜਾਬ ਸਰਕਾਰ ਕੋਲੋਂ ਅਤੇ ਕਾਦੀਆਂ ਵਾਲਾਂ ਕੋਲ, ਇੱਕ ਸਾਨੂੰ ਕਾਦੀਆਂ ਵਿੱਚ ਜਿਹੜੀ ਹੈ ਫਾਇਰ ਬ੍ਰਿਗੇਡ ਚਾਹੀਦੀ ਹੈ, ਜਿਹੜੀ ਮੌਕੇ 'ਤੇ ਜਿਹੜੀ ਅੱਗ ਅੱਗ ਮਤਲਬ ਕਿ ਸਾਨੂੰ ਲੱਗ ਕੋਈ ਖਬਰ ਲੱਗੇ ਨਾ ਵੀ ਨੁਕਸਾਨ ਹੁੰਦਾ, ਅਤੇ ਮੌਕੇ 'ਤੇ ਜਿਹੜੀ ਹੈ ਫਾਇਰ ਬ੍ਰਿਗੇਡ ਜਿਹੜੀ ਹੈ ਸਾਨੂੰ ਕਾਦੀਆਂ ਚਾਹੀਦੀ ਹੈ। ਆਪਾਂ ਇਹ ਮੰਗ ਕਰਦੇ ਹਾਂ ਕਿ ਨੁਕਸਾਨ ਜਿਹੜਾ ਸਾਡੇ ਭਰਾ ਦਾ ਬੜਾ ਹੋਇਆ, ਰੂਮੀ ਇਨਵੈਟਰ ਵਾਲੇ ਮੇਰੇ ਗੁਆਂਢੀ ਹੈ, ਨੁਕਸਾਨ ਬੜਾ ਹੋਇਆ, ਵੇਖੋ ਤੁਸੀਂ ਮਤਲਬ ਨੁਕਸਾਨ ਹੋਇਆ ਭਰਾ ਦਾ। ਅਤੇ ਆਪਾਂ ਇਹ ਕਹਿੰਦੇ ਹਾਂ, ਮੰਗ ਕਰਦੇ ਹਾਂ ਕਿ ਫਾਇਰ ਬ੍ਰਿਗੇਡ ਜਿਹੜੀ ਹੈ ਕਾਦੀਆਂ ਸ਼ਹਿਰ 'ਚ ਇੱਕ ਚਾਹੀਦੀ ਹੈ। ਪਿਛਲੀ ਵਾਰੀ ਵੀ ਇੱਕ ਨੁਕਸਾਨ ਹੋਇਆ ਸੀ ਮੇਨ ਬਾਜ਼ਾਰ 'ਚ, ਸਾਡੇ ਭਰਾ ਸੀ ਮਾਏ ਕੱਪੜੇ ਵਾਲੇ, ਉਦੋਂ ਵੀ ਫਾਇਰ ਬ੍ਰਿਗੇਡ ਜਿਹੜੀ ਸੀ ਮਤਲਬ ਕਿ ਅੱਧਾ ਘੰਟਾ, ਹਾਂਜੀ ਬਟਾ ਲਿਓ ਮੰਗਾਉਣੀ ਪਈ ਸਾਨੂੰ। ਅਤੇ ਆਪਾਂ ਇਹ ਮੰਗ ਕਰਦੇ ਹਾਂ ਪੰਜਾਬ ਸਰਕਾਰ ਕੋਲੋਂ ਕਿ ਕਾਦੀਆਂ ਸ਼ਹਿਰ 'ਚ ਜਿਹੜੀ ਹੈ ਫਾਇਰ ਬ੍ਰਿਗੇਡ ਜਿਹੜੀ ਹੋਣੀ ਜ਼ਰੂਰੀ ਚਾਹੀਦੀ ਹੈ। ਅਜੇ ਕੋਈ ਅੰਦਾਜ਼ਾ ਨਹੀਂ ਅੱਗ ਕਿਸ ਤਰ੍ਹਾਂ ਲੱਗੀ, ਅੱਗ ਕਿਸ ਤਰ੍ਹਾਂ ਲੱਗੀ, ਸ਼ਾਰਟ ਸਰਕਟ ਹੈ, ਹੋਰ ਕੋਈ ਗੱਲ ਕੋਈ ਨਹੀਂ। ਮਤਲਬ ਸ਼ਾਰਟ ਸਰਕਟ ਕੀ ਪੀ ਡੀ ਸੀ ਲੱਗੀ ਦੀ, ਪੀ ਡੀ ਸੀ ਲੱਗੀ, ਅੱਗ ਜ਼ਿਆਦਾ ਭੜਕੀ।